ਮਲਟੀਪਲਾਈ ਕਰਨਾ ਤੁਹਾਨੂੰ ਈਜ਼ੀ ਲੱਗਦਾ ਕਿ ਡਿਫਿਕਲਟ ਲੱਗਦਾ? ਡਿਫਿਕਲਟ। ਅੱਛਾ ਡਿਫਿਕਲਟ ਲੱਗਦਾ, ਚਲੋ ਫਿਰ ਈਜ਼ੀ ਤਰੀਕੇ ਨਾਲ ਕਰਕੇ ਦੇਖੀਏ ਕਰਨਾ ਕੀ ਹੈ। ਫਿਰ ਮੰਨ ਲਓ ਤੁਹਾਡੇ ਕੋਲ ਦੋ ਅੰਕਾਂ ਦੀ ਸੰਖਿਆ ਆ, ਦੈਟ ਵੀ ਹੈਵ 34 ਐਂਡ ਇਟ ਮਲਟੀਪਲਾਈਡ ਵਿਦ 36। ਠੀਕ ਹੈ, ਅਸੀਂ ਕਿਹਨੂੰ ਕਿਹਨੂੰ ਗੁਣਾ ਕਰਨੀ ਆ 34 ਨੂੰ 36 ਦੇ ਨਾਲ। ਠੀਕ ਹੈ, ਹੁਣ ਇਹਨੂੰ ਕਰਨ ਦਾ ਤਰੀਕਾ ਕੀ? ਵੈਸੇ ਅਸੀਂ ਟ੍ਰੈਡੀਸ਼ਨਲ ਮੈਥਡ ਕੀ ਯੂਜ਼ ਕਰਦੇ ਸੀ, 34 ਨੂੰ 36 ਨਾਲ ਮਲਟੀਪਲਾਈ ਕਰਦੇ ਸੀ। ਇਸ ਤਰੀਕੇ ਨਾਲ ਕਰਦੇ ਸੀ, ਪਹਿਲਾਂ 6 ਨਾਲ ਉਹਨੂੰ। ਠੀਕ ਹੈ, ਦੇਖੋ ਕਰਨਾ ਇਹਦੇ ਵਿੱਚ ਵੀ ਇਹੀ ਆ, 6 ਨੂੰ ਕੀ ਆ 4 ਨਾਲ ਮਲਟੀਪਲਾਈ, ਯਾਨੀ ਕਿ 6 ਨੂੰ 4 ਨਾਲ ਤੁਸੀਂ ਮਲਟੀਪਲਾਈ ਕਰ ਦੇਣਾ। ਜਦੋਂ 6 ਨੂੰ 4 ਦੇ ਨਾਲ ਮਲਟੀਪਲਾਈ ਕਰੋਗੇ ਤਾਂ ਆਨਸਰ ਕਿੰਨਾ ਆਇਆ? 24। ਠੀਕ ਹੈ, ਇਹ 24 ਤੁਸੀਂ ਇੱਥੇ ਲਿਖ ਦਿਓ। ਠੀਕ ਹੈ, 24 ਅਸੀਂ ਇੱਥੇ ਲਿਖ ਦਿੱਤਾ। ਹੁਣ ਕੀ ਕਰਨਾ? ਹੁਣ ਇਹ ਵਾਲਾ ਜੋ ਵਨਸ ਪਲੇਸ ਤੇ ਟੈਂਥ ਪਲੇਸ ਤੇ ਡਿਜਿਟ ਹੈ ਉਹ ਕੀ ਆ? 3। 3 ਨੂੰ ਦੋਨੋਂ ਸਾਈਡ ਤੇ ਸੇਮ ਆ, 3 3 3 ਇੱਕ ਵਾਰ ਲਿਖ ਲਿਆ। ਉਸ ਤੋਂ ਬਾਅਦ ਕੀ ਕਰਨਾ? ਇਸ 3 ਦੇ ਵਿੱਚ ਤੁਸੀਂ ਇੱਕ ਐਡ ਕਰ ਦੇਣਾ। ਠੀਕ ਹੈ, ਚਲੋ 3 ਵਿੱਚ ਇੱਕ ਐਡ ਕਰੋਗੇ ਤਾਂ ਕੀ ਮਿਲਿਆ? 4। ਹੁਣ ਇਸ 3 ਨੂੰ 4 ਨਾਲ ਮਲਟੀਪਲਾਈ ਕਰ ਦੋ, ਕੀ ਆਨਸਰ ਆਇਆ? 12। ਇਹ 12 ਜਿਹੜਾ ਆਇਆ ਤੁਹਾਡੇ ਆਨਸਰ ਵਿੱਚ ਆ ਗਿਆ, ਮੀਨਸ ਇਹਦਾ ਆਨਸਰ ਆ ਗਿਆ 1224। ਹੋ ਗਿਆ ਸਰ? ਠੀਕ ਹੈ, ਇੱਦਾਂ ਹੁਣ ਤੁਸੀਂ ਕੀ ਆ ਇੱਕ ਹੋਰ ਐਗਜ਼ਾਮਪਲ ਲੈ ਕੇ ਕਰ ਸਕਦੇ। ਮੰਨ ਲਓ ਤੁਸੀਂ ਮਲਟੀਪਲਾਈ ਕਰਨਾ 117 ਨੂੰ 113 ਦੇ ਨਾਲ। ਠੀਕ ਹੈ, ਤੋ ਇਹਦੇ ਵਿੱਚ ਵਨਸ ਪਲੇਸ ਤੇ ਡਿਜਿਟ ਕੀ ਆ? 7। ਠੀਕ ਹੈ, ਇੱਧਰ ਵਨਸ ਪਲੇਸ ਤੇ ਡਿਜਿਟ ਕਿਹੜਾ? 3। ਠੀਕ ਹੈ, ਕੀ ਕਰੋਗੇ? 7 ਨੂੰ 3 ਨਾਲ ਮਲਟੀਪਲਾਈ, 7 3 ਦਾ ਕਿੰਨੇ ਹੁੰਦੇ? 21। ਠੀਕ ਹੈ, 21 ਨੂੰ ਅਸੀਂ ਇੱਥੇ ਲਿਖ ਦੇਣਾ। ਠੀਕ ਹੈ, ਅਗੇਨ ਸੇਮ ਰੂਲ ਵੀ ਵਿਲ ਅਪਲਾਈ। ਇੱਥੇ ਕੀ ਆ? 11। 11 ਵਿੱਚ ਕੀ ਐਡ ਕੀਤਾ? 1। 1 ਐਡ ਕਰਕੇ ਕੀ ਮਿਲਿਆ? 12। 11 ਇੰਟੂ 12 ਹੁੰਦਾ 132। ਠੀਕ ਹੈ, ਇਹ 132 ਅਸੀਂ ਇੱਥੇ ਲਿਖ ਦਿੱਤਾ, ਇਹਦਾ ਮਤਲਬ ਇਹਦਾ ਆਨਸਰ ਆ ਗਿਆ 13221। ਠੀਕ ਹੈ, ਕਲੀਅਰ। ਹੁਣ ਇਹਦੀ ਇੱਕ ਹੋਰ ਐਗਜ਼ਾਮਪਲ ਲੈ ਲਓ। ਮੰਨ ਲਓ ਤੁਹਾਡੇ ਕੋਲ ਹੈ 31 ਗੁਣਾ 39, 31 ਇੰਟੂ 39। ਠੀਕ ਹੈ, ਵਟ ਟੂ ਡੂ? ਮਲਟੀਪਲਾਈ 1 ਵਿਦ 9। ਠੀਕ ਹੈ, ਯੂ ਵਿਲ ਗੈਟ ਕਿੰਨਾ ਮਿਲੇਗਾ ਤੁਹਾਨੂੰ? 9। 9 ਨੂੰ ਕਿਸ ਤਰੀਕੇ ਨਾਲ ਲਿਖਣਾ? 09। 09। ਠੀਕ ਹੈ, ਨਾਓ 3 ਹੁਣ ਕੀ ਕਰਨਾ ਇਹਦੇ ਵਿੱਚ? 1 ਐਡ ਕਰ ਦੇਣਾ। ਠੀਕ ਹੈ, 1 ਐਡ ਕੀਤਾ, ਇਹ ਕੀ ਮਿਲਿਆ ਤੁਹਾਨੂੰ? 12। ਤੋ ਇੱਥੇ ਕੀ ਆ ਗਿਆ? 1209 ਇਹਦਾ ਆਨਸਰ ਆ ਗਿਆ। ਠੀਕ ਹੈ, ਆਓ ਹੁਣ ਇਹਦੇ ਵਿੱਚ ਕੋਰਲੇਸ਼ਨ ਦੇਖੀਏ ਵੀ ਕੋਰਲੇਸ਼ਨ ਕੀ ਆ, ਕਦੋਂ ਇਹ ਮੈਥਡ ਅਪਲਾਈ ਹੋਣਾ। ਠੀਕ ਹੈ, ਮੰਨ ਲਓ ਅਸੀਂ ਸਭ ਤੋਂ ਪਹਿਲਾਂ ਮਲਟੀਪਲਾਈ ਕਿਹਨੂੰ ਕੀਤਾ? 34 ਨੂੰ 36 ਦੇ ਨਾਲ, ਫਿਰ ਉਸ ਤੋਂ ਬਾਅਦ 117 ਨੂੰ 113 ਦੇ ਨਾਲ। ਠੀਕ ਹੈ, ਉਸ ਤੋਂ ਬਾਅਦ 31 ਨੂੰ 39 ਦੇ ਨਾਲ। ਲੁੱਕ ਇਹਦੇ ਵਿੱਚ ਤੁਸੀਂ ਦੇਖੋ ਇਹਦਾ 10th ਪਲੇਸ ਤੇ ਡਿਜਿਟ ਕੀ ਆ? 3। ਠੀਕ ਹੈ, ਔਰ ਇਹਦੇ ਵਿੱਚ 10th ਪਲੇਸ ਤੇ ਡਿਜਿਟ ਕੀ ਆ? 11। ਇਹਦੇ ਵਿੱਚ 10th ਪਲੇਸ ਤੇ ਡਿਜਿਟ ਕੀ ਸੀ? 3। ਠੀਕ ਹੈ, ਇਟ ਮੀਨਸ 10th ਪਲੇਸ ਤੇ ਡਿਜਿਟ ਜਿਹੜੇ ਆ ਉਹ ਕੀ ਹੋਣੇ ਚਾਹੀਦੇ ਆ? ਸੇਮ। ਇਹਨੂੰ ਅਸੀਂ 10th ਮੰਨ ਲਿਆ, ਮਤਲਬ ਪੂਰਾ ਇਹ ਵੀ 11 11, ਵੈਸੇ 1 1 ਆ ਪਰ ਉਹਨੂੰ ਚਲੋ 11 ਮੰਨ ਲੈਂਦੇ ਆਪਾਂ, ਸੇਮ ਡਿਜਿਟ ਆ ਮਤਲਬ। ਠੀਕ ਹੈ, ਹੁਣ ਦੂਸਰੀ ਸਾਈਡ ਇਹੀ ਡਿਜਿਟ ਨੂੰ ਤੁਸੀਂ ਇੱਧਰ ਦੇਖੋ, ਇਹਦੀ ਵਨਸ ਪਲੇਸ ਚੈੱਕ ਕਰੋ। ਵਨਸ ਪਲੇਸ ਜਦੋਂ ਚੈੱਕ ਕਰੋਗੇ ਉਹਦੇ ਵਿੱਚ ਦੇਖੋ 4 ਔਰ 6 ਇਹਨਾਂ ਦਾ ਸਮ ਕਿੰਨਾ ਆ ਰਿਹਾ? 10। ਠੀਕ ਹੈ, ਇਹਦੀ 7 ਪਲੱਸ 3 ਦਾ ਸਮ ਕਿੰਨਾ ਆ ਰਿਹਾ? 10। ਠੀਕ ਹੈ, 1 ਪਲੱਸ 9 ਕਿੰਨਾ ਆ ਰਿਹਾ? 10। ਇਟ ਮੀਨਸ ਵਨਸ ਪਲੇਸ ਦੇ ਡਿਜਿਟ ਦਾ ਸਮ ਜਿਹੜਾ ਆ ਉਹ ਕੀ ਆ? ਉਹ 10 ਆਉਣਾ ਚਾਹੀਦਾ, ਔਰ ਜਿਹੜੀ 10th ਪਲੇਸ ਆ ਉਹ ਕੀ ਹੋਣੀ ਚਾਹੀਦੀ ਆ? ਸੇਮ ਹੋਣੀ ਚਾਹੀਦੀ ਆ। ਠੀਕ ਹੈ, ਸੇਮ ਮਤਲਬ ਇਸ ਤਰੀਕੇ ਨਾਲ ਕਿਆ ਪਤਾ, ਈਜ਼ੀ ਹੋ ਗਿਆ। ਠੀਕ ਹੈ, ਹੁਣ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜਾਂ ਤੁਸੀਂ ਕਲਾਸ ਦੇ ਵਿੱਚ ਜੋ ਵੀ ਤੁਹਾਡੇ ਟੈਸਟ ਹੁੰਦੇ ਆ ਐਗਜ਼ਾਮ ਵਿੱਚ ਟੈਸਟ ਆਣਗੇ, ਤੋ ਈਜ਼ੀ ਤਰੀਕੇ ਨਾਲ ਅਗਰ ਇਦਾਂ ਦੀ ਮਲਟੀਪਲੀਕੇਸ਼ਨ ਆ ਜਾਂਦੀ ਜਿਹਦੇ ਵਿੱਚ ਵਨਸ ਪਲੇਸ ਜਿਹੜੀ ਆ ਉਹਨਾਂ ਦੇ ਡਿਜਿਟ ਦਾ ਸਮ 10 ਆ ਰਿਹਾ। ਠੀਕ ਹੈ, ਔਰ ਜਿਹੜੇ 10th ਪਲੇਸ ਆ ਉਹ ਕੀ ਆ? ਸੇਮ ਹੈਗੀ ਆ। ਅਗਰ ਇਸ ਤਰੀਕੇ ਨਾਲ ਹੈ ਤਾਂ ਤੁਸੀਂ ਈਜ਼ੀਲੀ ਉਹਨੂੰ ਮਲਟੀਪਲਾਈ ਕਰ ਸਕਦੇ ਹੋ। ਠੀਕ ਹੈ, ਆਸਾਨ ਹੋ ਗਿਆ ਕਿ ਨਹੀਂ?